कहते हैं बेटी बेटी होती है, चाहे वह अपनी हो या गोदी हो, बेटियां सबकी साझी होती है। परंतु कुछ हवस में अंधे लोग इस रिश्ते को तार तार करने में कोई कसर नहीं छोड़ते। ऐसा ही एक मामला सामने आया है फिरोजपुर का, जहां पे इंसानियत शर्मसार हो गई। मामला है फिरोजपुर के गांव शहजादी का, जहां पर एक 50 साल के अखौती बाबा ने अपनी गोद ली हुई 16 साल की नाबालिग बेटी के साथ बलात्कार किया। भेद तब खुल गया जब वह गर्भवती हो गई। मामला यह है कि उक्त नाबालिग लड़की अपनी माँ बाप की मर्जी से उस अखौती बाबा के पास 4-5 साल से रह रही थी, क्योंकि बाबा ने उसे गोद लिया हुआ था और यह सब हो रहा था बेटी की और उसके माँ बाप की मर्जी के कारण। मगर बाबा की नीयत डोल गई और उसे डरा धमकाकर उसे जबरदस्ती किया जा रहा था और घर से बाहर ले जाकर उसके साथ गंदा काम किया जा रहा था। इस मामले में जब पुलिस अधिकारियों से बात की गई तो लड़की के बयानों के आधार पर मामला दर्ज कर अगली कार्रवाई शुरू कर दी गई है। वहीं बाबा फिलहाल फरार है। जिक्र योग्य यह भी है कि अखौती बाबा के डेरों में रहती लड़कियों के साथ जबरन होना कोई पहला मामला नहीं है, अक्सर ही ऐसे मामले सामने आते रहे हैं। जरूरत है तो ऐसे अखौती बाबा के खिलाफ सख्त कार्रवाई करने की और जरूरत है ऐसे माँ बाप को जागरूक होने की कि ऐसी घटनाएं बार बार ना हो सके। फिरोजपुर से सुखचैन सिंह की रिपोर्ट। ਬੇਨਤੀ ਇਹ ਹੈ। ਹਾਂਜੀ ਹਾਂਜੀ, ਤੁਹਾਡੀ ਲੜਕੀ ਕਿੰਨੀ ਉਮਰ ਸੀ ਔਰ ਕਿਸ ਤਰ੍ਹਾਂ ਕੌਣ ਸੀਗਾ ਬਾਬਾ? ਇਹ ਬਾਬਾ ਬਲਜੀਤ ਸਿੰਘ ਪਿੰਡ ਸਜਾਦੀ ਦਾ। ਹਾਂਜੀ ਹਾਂਜੀ, ਇਹ ਸਾਡੀ ਕੁੜੀ ਨੂੰ ਲਗਿਆ ਸੀਗਾ ਵੀ ਮੈਂ ਧੀ ਬਣਾਈ ਸੀ, ਇਹਦਾ ਵਿਆਹ ਕਰੂੰਗਾ। ਮੈਂ ਗਰੀਬ ਪਰਿਵਾਰ ਸੀ, ਬੱਚੇ ਮੇਰੇ ਛੋਟੇ ਸੀਗੇ ਅਤੇ ਇਹਨੇ ਧੀ ਬਣਾ ਕੇ ਸਾਡੇ ਨਾਲ ਧੱਕਾ ਕੀਤਾ ਜੀ। ਇਹ ਦੇਖ ਕੇ ਪਿਛਲੇ ਵੀ ਕਰਤੱਵ ਪਹਿਲਾਂ ਮਾੜੇ ਸੀ, ਅਸੀਂ ਛੁਪਾਈ ਬੈਠੇ ਸੀ ਵੀ ਇਹ ਬਾਬਾ ਬਣਿਆ ਕਰਕੇ, ਅਤੇ ਇਹਨੇ ਸਾਡੀ ਕੋਈ ਇੱਜ਼ਤ ਦਾ ਮੁੱਲ ਨਹੀਂ ਪਾਇਆ। ਕਿੰਨੀ ਦੇਰ ਦੀ ਤੁਸੀਂ ਲੜਕੀ ਇਹਨਾਂ ਨੂੰ ਦਿੱਤੀ ਸੀ? ਇਹ ਚਾਰ ਸਾਲ ਹੋ ਗਏ। ਲੜਕੀ ਦਿੱਤੀ ਸੀ ਤੁਸੀਂ ਇਹਨਾਂ? ਲੜਕੀ ਦਿੱਤੀ ਸੀ, ਇਹਦੇ ਮੁੰਡੇ ਸੀਗੇ ਚਾਰੇ ਕੰਜਰ ਦੇ। ਹਾਂਜੀ, ਅਤੇ ਆਉਂਦਾ ਸੀ ਮੈਂ ਵੀ ਵਿਆਹ ਕਰੂੰਗਾ ਇਹਦਾ। ਬਾਬਾ ਬਣਿਆ ਸੀਗਾ, ਝੂਠਾ ਮੂਠਾ ਹੀ ਬਣਿਆ ਸੀਗਾ ਅਸੀਂ ਤਾਂ, ਪਰ ਸੱਚ ਦਾ ਸਮਝਿਆ ਸੀ ਉਹਨੂੰ, ਰੱਬ ਸਮਝਿਆ ਸੀ। ਹਾਂਜੀ, ਪਰ ਉਹਨੇ ਇਸ ਚੀਜ਼ ਨੂੰ ਨਹੀਂ ਮੰਨਿਆ ਗਾ, ਉਹਨੇ ਬਹੁਤ ਗਲਤ ਧੱਕਾ ਕੀਤਾ ਸੀ। ਤੁਹਾਡੇ ਲੜਕੀ ਨਾਲ ਕਿੰਨੀ ਦੇਰ ਤੋਂ ਖਲੋਣੀ ਹਰਕਤ ਕਰਦਾ ਆ ਰਿਹਾ ਸੀ? ਇਹ ਜੀ ਮੈਂ ਸਾਨੂੰ ਤਾਂ ਹੁਣ ਇਹ ਸਬੂਤ ਹੈ ਵੀ ਇੱਕ ਵਾਰੀ ਨਹੀਂ, ਇਹਦਾ ਕੀ ਪਤਾ ਹੁਣ ਕਿੰਨੀ ਵਾਰ ਸਾਡੀ ਕੁੜੀ ਨੂੰ ਦਵਾਇਆ ਸੀ ਇਹਨੇ ਕਿ ਤੇਰੇ ਭਰਾ ਨੂੰ ਮਾਰ ਦੂੰਗਾ, ਤੇਰੇ ਪਿਓ ਨੂੰ ਮਾਰ ਦੂੰਗਾ, ਉਹ ਮੇਰਾ ਛਾਨੀ ਤਾਂ ਮੇਰੀ ਭਰਦੇ ਆ ਅਤੇ ਤੁਸੀਂ ਕੁਛ ਨਹੀਂ ਕਰ ਸਕਦੇ। ਕਿ ਉਹ ਲੜਕੀ ਜਿਹੜੀ ਮਨਪ੍ਰੀਤ ਸੀਗੀ ਉਹ ਡਰਦੀ ਦੱਸਦੀ ਨਹੀਂ ਸੀ। ਦੂਜੀ ਬੇਨਤੀ ਇਹ ਹੈ ਵੀ ਪੁਲਿਸ ਵੀ ਸਾਡੀ ਮਦਦ ਫੁੱਲ ਕਰ ਰਹੀ ਹੈ, ਹਸਪਤਾਲ ਵੀ ਸਾਡੀ ਮਦਦ ਫੁੱਲ ਕਰਦਾ, ਸਾਡੀ ਹੋਰ ਕਿਸੇ ਵੱਲ ਸ਼ਿਕਾਇਤ ਨਹੀਂ ਵੀ ਉਹ ਬੰਦਾ ਫੜਿਆ ਜਾਵੇ, ਹਜੇ ਉਹ ਬੰਦਾ ਫੜੀਚਾ ਨਹੀਂ ਹੈ। ਹਾਂ, ਬੇਨਤੀ ਹੈ ਜੀ ਬੰਦਾ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਾਡਾ ਕਾਨੂੰਨ। ਇਹ ਲੜਕੀ ਨੂੰ ਹੁਣ ਕੀ ਤੁਹਾਡੀ ਗਰਭਵਤੀ ਬਣਾਇਆ, ਕੀ ਕੀਤਾ? ਇਹ ਗਰਭਵਤੀ ਆ, ਦੂਜਾ 2 ਮਹੀਨੇ ਉਹਨੇ ਕੀਤਾ, ਉਸ ਬੰਦੇ ਨੇ, ਉਸੇ ਬੰਦੇ ਨੇ ਬਲਜੀਤੇ ਨੇ ਕੀਤਾ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਡੀ? ਪ੍ਰਸ਼ਾਸਨ ਤੋਂ ਮੰਗ ਸਾਡੀ ਹੈ ਜੀ ਸਾਡੀ ਮਦਦ ਕਰੋ, ਜਿਹੜਾ ਕਾਨੂੰਨ ਨੇ ਕਾਰਵਾਈ ਕਰੋ ਉਸ ਬੰਦੇ ਨਾਲ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਨਾਲ ਖਲੋਣੀ ਹਰਕਤ ਕੀਤੀ ਹੈ? ਜੀ ਮੇਰੀ 16 ਸਾਲ ਉਮਰ ਆ। ਹਾਂ ਜੀ, ਮੈਂ ਉਹਨਾਂ ਨੇ ਮੈਨੂੰ ਜੀ ਧੀ ਬਣਾਇਆ ਸੀ ਜੀ। ਕੌਣ ਸੀਗਾ, ਕੌਣ ਸੀਗਾ, ਕੀ ਕਰਦਾ ਸੀਗਾ ਉਹ? ਜੀ ਸਾਡੇ ਪਿੰਡ ਦਾ ਇੱਕ ਬਾਬਾ ਸੀ ਜੀ, ਬਲਜੀਤ ਬਾਬਾ। ਹਾਂਜੀ ਜੀ, ਉਹ ਲੋਕਾਂ ਦੀਆਂ ਪੁੱਛਾਂ ਕੱਢਦਾ ਸੀਗਾ ਜੀ। ਜੀ ਉਹਨੇ ਇਹ ਹਰਕਤ ਬਹੁਤ ਟਾਈਮ ਤੋਂ ਕਰ ਰਿਹਾ ਜੀ। ਉਹ ਮੇਰੇ ਨਾਲ ਜੀ, ਮੇਰਾ ਡੈਡੀ ਉੱਧਰ ਦਮਾਨ ਲਾਉਂਦਾ ਸੀ ਜੀ, ਉਹਨਾਂ ਨੇ ਮੈਨੂੰ ਆਪਦੀ ਧੀ ਬਣਾ ਕੇ ਖਲਾਉਣੀ ਹਰਕਤ ਕੀਤੀ ਜੀ, ਜਿਹੜੀ ਉਹਨਾਂ ਦੀ ਘਰ ਦੀ ਨੂੰ ਜੀ, ਉਹ ਕਿਤੇ ਭੇਜ ਕੇ ਜੀ, ਉਹ ਮੇਰੇ ਨਾਲ ਇੱਦਾਂ ਦੀਆਂ ਹਰਕਤਾਂ ਕਰਦਾ ਸੀ ਜੀ, ਜੀ ਉਹਨੂੰ ਵੱਧ ਤੋਂ ਵੱਧ ਸਜ਼ਾ ਜੀ ਮਿਲਣੀ ਚਾਹੀਦੀ ਆ। ਕਿੰਨੀ ਦੇਰ ਤੋਂ ਤੁਹਾਡੇ ਨਾਲ ਜਿਹੜਾ ਰਿਲੇਸ਼ਨ ਬਣਾਈ ਰੱਖਿਆ, ਕਿੰਨੀ ਦੇਰ ਤੋਂ ਤੁਹਾਡੇ ਨਾਲ ਖਲੋਣੀ ਹਰਕਤ ਕਰਦਾ ਰਿਹਾ ਬੰਦਾ? ਜੀ 2 ਸਾਲਾਂ ਤੋਂ। 2 ਸਾਲ ਲਗਾਤਾਰ ਕਰਦਾ ਰਿਹਾ? ਹਾਂਜੀ। ਉਸ ਤੋਂ ਬਾਅਦ ਕੀ ਕੀਤਾ ਤੁਹਾਡੇ ਨਾਲ? ਜੀ ਬਾਅਦ 'ਚ ਉਹਨੇ ਮੈਨੂੰ ਲਿਜਾ ਕੇ ਪਾਰਟੀ 'ਤੇ ਜੀ, ਜੀ ਉਹਨੇ ਇਹ ਹਰਕਤ ਕੀਤੀ ਜੀ। ਉਸ ਤੋਂ ਮੈਨੂੰ ਧਮਕਾਇਆ ਵੀ ਜੀ, ਜੇ ਤੂੰ ਮੇਰੀ ਘਰ ਦੀ ਦੱਸੇਂਗੀ ਤੁਹਾਡੇ ਸਾਰੇ ਘਰਦਿਆਂ ਨੂੰ ਮੈਂ ਮਾਰ ਦੂੰਗਾ, ਨਾਲੇ ਤੈਨੂੰ ਵੀ ਮਾਰ ਦੂੰਗਾ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਕੋਈ ਕੜੀ ਮੰਗ ਕਰਦੇ ਹੋ? ਹਾਂਜੀ ਜੀ, ਹੁਣ ਫਾਂਸੀ ਹੋਣੀ ਚਾਹੀਦੀ ਹੈ। ਓਕੇ ਜੀ। ਇਹ ਜਿਹੜਾ ਬਲਜੀਤ ਸਿੰਘ ਬਾਬਾ ਜੀ, ਹਾਂਜੀ, ਇਹਨੇ ਲੜਕੀ ਸਾਡੀ ਉੱਧਰ 4 ਸਾਲ ਤੋਂ ਮੰਨਦਾ ਰਹਿੰਦੀ ਸੀ, ਲੈ ਕੇ ਗੋਦ ਲਈ ਹੋਈ ਸੀ ਇਹਨੇ। ਇਹ ਉਹਦੇ ਨਾਲ ਦੁਸ਼ਕਰਮ ਕਰਦਾ ਰਿਹਾ, ਉਹਨੂੰ ਕੁੜਦਾ ਮਾਰਦਾ ਰਿਹਾ। ਉਹ ਜਦੋਂ ਇਹਦੇ ਘਰੋਂ ਬਿਮਾਰ ਹੋਈ ਆ ਕੁੜੀ, ਉਹਨੂੰ ਟਾਈਫਾਇਡ ਹੋ ਗਿਆ, ਅਤੇ ਆਪਦੀ ਕੁੜੀ ਨੂੰ ਲੈਣ ਗਿਆ, ਜਦੋਂ ਲੈਣ ਗਏ ਤਾਂ ਇਹਨੇ ਘੱਲਿਆ ਨਹੀਂ। ਇਹਨੇ ਉਦੋਂ ਕਹਿੰਦਾ ਵੀ ਲੈ ਜਾ,
पर साढ़े घर ना वड़न दे कुड़ी ने बकायदा अज तो कुड़ी बीमार हो गई दर्द होने लग पे वाला डॉक्टर तो पिंड चो दवाई ली माड़ी मोट दवाई जे जी ली मगरों सानू इन्हें बलजीत सिंह ये किट दे के गया मान ला बच्चा गिरना बलजीत सिंह खुद इन्हों घर दे के गया तो यदि घर दी कह के गया भाई यदा ये खवा दे भी मैं हस्पताल च नहीं रुलना ये फिर मेरे को लेके आए कुड़ी जो ये कुड़ी की माँ को पता लग गया भी आह चीज़ असी सरपंच साहब ना मैं गल की भी सरपंच साहब आह गल आ पहलों ऊँ चाहिए भी चलो जो मुंडा बेइज्जती तो बच गए तो पर नहीं फिर सरपंच साहब ना गल की उन्हें प्रशासन ना गल की फिर परचा दिता ये गर्भवती कन्या 14 साल की इन्ना इन्हें बड़े बारी हरकत की इन्हें कन्या ना ठीक है इन्हों सख्त तो सख्त सज़ा चाहिए आ सख्त तो सख्त कानून वालों सज़ा चाहिए आ तो गरीब बंदा है जमा यदा कमरा नहीं कोई कुछ नहीं सब कुछ डिगया पिया ते वो बंदा जेड़ा गुंडा बंदा बाबे का ढोंग करता सी ते कईयां नाल ही उन्हें साढ़े पिंड की एक नौ यारी उन्हें नौ नौ सी उन्हें इन्हें कढ़ाता बलजीते ने वो बंदे भले मानस बेचारे चुप करके बह गए ये आंगू सरपंच साहब खोसा साहब ने मत की साढ़े सरपंच जड़े है जे मौजूदा उन्हें मत की उन्हें आन के दाखिल कराया सारा पिंड साढ़े नाल हूँ तुहाडी की मंग है साडी मंग है भी यह बंदा फड़िया जाए तो सारा इंसाफ होना चाहिए कोई ये बारे कोई कर सख्त सज़ा की मांग करते सख्त सज़ा इन फांसी होनी चाहिए इस बंदे बलवीर सिंह पुत्र ननता सिंह वस सजादी यही लड़की सी मनप्रीत कौर उम्र करीब 16 साल इन्हें अपने पिंड बलजीत सिंह बाबा वजदा जी जो घर चौंकी रोला बाबे जी उन्होंने सहमति परिवार की सहमति वाली लड़की जी दी सी लड़के लड़के तीन सी तो उन्हें मेरे लड़किया की जी भैन बन जूगी वो वास्ते उन्हें लड़की दी सी घर ही रह रहे थे करीब 4 साल तक मतलब फिर तो बेईमानी आ गई लड़की बराबर बलजीते ने उन्हें लड़की ना मेरा बलात्कार कर लिया करीब एक महीना पहले ये पुष्टि होन हुई है कि लड़की का कोई बच्चा जरा बीमार हो गया उस बाद से अभी लड़की जी हस्पताल दाखला ही मुकदमा दर्ज करता से बलजीत सिंह बाबे से 30,000।